ਤੁਹਾਨੂੰ ਮੈਂ ਅਸਲੀ ਸਾਈਂ ਜੀ ਦੇ ਭਗਤਾਂ ਨਾਲ ਵਾਹ ਪਵਾਉਣਾ। ਮੈਂ ਹਮੇਸ਼ਾ ਨਾ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਯੂਥ ਨੂੰ ਇਸ NGO ਨਾਲ ਜੋੜਨ ਲਈ ਕੋਈ ਨਾ ਕੋਈ ਤਰੀਕਾ ਲੱਭਾਂ, ਪਰ ਅੱਜ ਇਹ ਵੀਰ ਮੇਰੇ ਕੋਲ ਆਏ ਅਸਮਾਨ ਲੈ ਕੇ ਸਾਰਾ ਕੁਝ, ਮਾਇਆ ਦੀ ਵੀ ਸੇਵਾ ਕਰਨ ਆਏ ਨੇ। ਔਰ ਦੇਖੋ ਆਪਣੇ ਸਾਈਂ ਜੀ ਜਿਹੜੇ ਬਾਕਰਪੁਰ ਵਾਲੇ ਬਾਬਾ ਜੀ ਨੇ ਸੁਰਿੰਦਰ ਸ਼ਾਹ ਜੀ, ਉਹਨਾਂ ਦਾ ਕੱਲ੍ਹ ਜਨਮ ਦਿਨ ਹੈ। ਕਹਿੰਦੇ ਅਸੀਂ ਆਪਣੇ ਉਹਨਾਂ ਨੂੰ ਇਸ਼ਟ ਮੰਨਦੇ ਹਾਂ, ਸਾਡੇ ਉਹ ਗੁਰੂ ਨੇ, ਅਤੇ ਸਾਡੇ ਗੁਰੂ ਨੇ ਕਿਹਾ ਕਿ ਮੇਰੇ ਬਰਥਡੇ 'ਤੇ ਮੈਨੂੰ ਕੇਕ ਨਾ ਕੋਈ ਲੈ ਕੇ ਆਇਓ, ਸੇਵਾ ਕਰਕੇ ਆਇਓ ਕਿਸੇ ਲੋੜਵੰਦਾਂ ਦੀ। ਯਾਰ ਆਹ ਨੇ ਅਸਲੀ ਗੁਰੂ ਦੇ ਬੱਚੇ। ਠੀਕ ਹੈ, ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ, ਪਰ ਆਹ ਕਿੰਨਾ ਸੋਹਣਾ ਸੁਨੇਹਾ ਯਾਰ ਇੱਕ ਯੂਥ, ਮਤਲਬ ਮੈਂ ਹੁਣ ਦੱਸ ਨਹੀਂ ਪਾ ਰਿਹਾ ਕਿ ਕਿੰਨੀ ਸੋਹਣੀ ਗੱਲ ਆ ਵਾਲੀ ਕਿ, ਔਰ ਸੋਹਣਾ ਦੀ ਵੀ ਵਧੀਆ ਗੱਲ ਹੈ ਕਿ ਉਹ ਕਿੰਨਾ ਵਧੀਆ ਯੂਥ ਨੂੰ ਸੁਨੇਹਾ ਦੇ ਰਹੇ ਨੇ। ਔਰ ਅਗਰ ਇੱਦਾਂ ਦੇ ਸਾਰੇ ਗੁਰੂ ਪੀਰ ਪੰਜਾਬ ਦੇ ਹੋ ਜਾਣ, ਇਹ ਕਹਿਣ ਕਿ ਭਰਾਵਾ ਮੇਰੇ ਕੋਲ ਆਉਣ ਦੀ ਬਜਾਏ, ਮੇਰੇ ਦਰ 'ਤੇ ਪੈਸੇ ਚੜ੍ਹਾਉਣ ਦੀ ਬਜਾਏ, ਇਹਨਾਂ ਲੋੜਵੰਦਾਂ ਨੂੰ ਪੈਸੇ ਚੜ੍ਹਾਓ। ਪ੍ਰਭੂ ਰਾਮ ਜੀ ਜਾਂ ਜਿਨ੍ਹਾਂ ਨੂੰ ਵੀ ਅਸੀਂ ਗੁਰੂ ਮੰਨਦੇ ਹਾਂ, ਉਹ ਜ਼ਿਆਦਾ ਖੁਸ਼ ਹੋਣਗੇ ਜੇ ਉਹਨਾਂ ਨੂੰ ਮੱਥਾ ਟੇਕਣ ਦੀ ਬਜਾਏ ਤੁਸੀਂ ਇਹਨਾਂ ਦੀ ਮਦਦ ਕਰ ਦਿਓ ਆ ਕੇ। ਬਈ ਆ ਘਰ ਦੇ ਵਿੱਚ ਆ ਛੋਟੀ ਜਿਹੀ ਪਿਆਰੀ ਜੀ ਬੱਚੀ ਹੈ, ਆ ਇਹਨਾਂ ਦੇ ਫਾਦਰ ਸਾਹਿਬ ਨੇ, ਕਿਡਨੀਆਂ ਖਰਾਬ ਨੇ, ਘਰ ਕਿਰਾਏ 'ਤੇ, ਘਰੇ ਖਾਣ ਨੂੰ ਰੋਟੀ ਵੀ ਹੈ ਨਹੀਂ। ਹੁਣ ਸਾਈਂ ਜੀ ਉਦੋਂ ਜ਼ਿਆਦਾ ਖੁਸ਼ ਹੋਣਗੇ ਕਿ ਅਸੀਂ ਉਹਨਾਂ ਕੋਲ ਜਾਵਾਂਗੇ, ਉਹਨਾਂ ਕੋਲ ਨੋਟ ਚੜਾਵਾਂਗੇ। ਸਾਈਂ ਜੀ ਨੂੰ ਗੁੱਲਕ ਦੀ ਲੋੜ ਨਹੀਂ, ਜਿਹੜਾ ਰੱਬ ਹੈ ਨਾ, ਜਿਹੜਾ ਕੋਈ ਡੇਰਾ ਚਲਾ ਰਿਹਾ ਜਾਂ ਜਿਹੜਾ ਰੱਬ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਦਾ, ਉਹਨੂੰ ਪੈਸਿਆਂ ਦੀ ਲੋੜ ਨਹੀਂ ਤੁਹਾਡੇ। ਔਰ ਮੈਨੂੰ ਲੱਗਦਾ ਉੱਥੇ ਪੈਸੇ ਚੜਾ ਕੇ ਵੀ ਤੁਸੀਂ ਉਹਨਾਂ ਦੀ ਬੇਅਦਬੀ ਕਰ ਰਹੇ ਹੋ, ਹੈ ਨਾ। ਤੁਸੀਂ ਸਗੋਂ ਕਿ ਉਹੀ ਪੈਸੇ ਗੁੱਲਕ 'ਚ ਪਾਉਣ ਦੀ ਬਜਾਏ ਉੱਥੇ